ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਜਦੋਂ ਕਿਸਾਨ ਨੇਤਾਵਾਂ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਨੇ ਪਹਿਲਾਂ ਉਹਨਾਂ ਨਾਲ ਕੀਤਾ ਕਰਜ਼ਾ ਮਾਫੀ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਸਰਕਾਰ ਟਿਊਬਵੈੱਲਾਂ ਤੇ ਮੀਟਰ ਲਗਾ ਕੇ ਕਿਸਾਨਾਂ ਤੇ ਬਿਜਲੀ ਦਾ ਭਾਰ ਵਧਾਉਣਾ ਚਾਹੁੰਦੀ ਹੈ। ਤੇ ਉਧਰ ਮਾਨਸਾ 'ਚ ਵੀ ਕਿਸਾਨਾਂ ਵੱਲੋਂ ਟਿਊਬਵੈੱਲਾਂ ਦੇ ਬਿੱਲ ਲਾਗੂ ਕਰਨ ਸੰਬੰਧੀ ਰੋਸ ਜਤਾਇਆ ਜਾ ਰਿਹਾ ਜਿਸ ਦੇ ਚੱਲਦੇ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪਹਿਲੀ ਗੱਲ ਤਾਂ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਵੀ ਜਿਹੜੇ ਚਾਰ ਸ਼ਹਿਰਾਂ ਦੇ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਨਵਾਂਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਨਾਂ ਨੇ ਖੇਤੀ ਮੋਟਰਾਂ 'ਤੇ ਬਿੱਲ ਲਾਏ ਨੇ, ਉਹਦਾ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਵਿਰੋਧ ਕਰਦੀ ਆ। ਇਸ ਨੇ ਸਾਡੇ ਨਾਲ ਜਿਹੜੀਆਂ ਮੰਗਾਂ ਕੈਪਟਨ ਸਾਹਿਬ ਨੇ ਸਾਨੂੰ ਮੰਨੀਆਂ ਸੀ ਚੋਣ ਮੈਨੀਫੈਸਟੋ ਦੇ ਵਿੱਚ, ਉਹਨਾਂ ਤੋਂ ਇਹਨੇ ਬਾਹਲਾ ਖਿਲਾਫੀ ਕਰੀ ਆ, ਇਸ ਦਾ ਅਸੀਂ ਵਿਰੋਧ ਕਰਦੇ ਹਾਂ। ਜਿਹੜੀ ਪੰਜਾਬ ਦੀ ਸੂਬਾ ਸਰਕਾਰ ਆ, ਕੈਪਟਨ ਸਰਕਾਰ ਆ, ਇਹਨਾਂ ਨੇ ਕੱਲ੍ਹ ਕੈਬਨਿਟ ਮੀਟਿੰਗ ਬੁਲਾਈ ਆ, ਉਹਦੇ 'ਚ ਜਿਹੜੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਜਿਹੜੀ ਤਲਵਾਰ ਲਟਕਾਈ ਆ, ਜਿਹਦੇ 'ਚ ਕੈਬਨਿਟ ਮੀਟਿੰਗ ਨੇ ਜਿਹੜਾ ਫੈਸਲਾ ਲਿਆ ਗਾ ਵੀ ਜਿਹੜੇ ਸਾਡੇ ਟਿਊਬਵੈੱਲ ਕਨੈਕਸ਼ਨ ਆ ਕਿਸਾਨਾਂ ਦੇ, ਉਹਨਾਂ 'ਤੇ ਇਹਨਾਂ ਨੇ ਮੀਟਰ ਲਾਉਣ ਦੀ ਗੱਲ ਕਰੀ ਆ, ਅਤੇ ਇਹਨਾਂ ਨੇ ਇਹ ਕਿਹਾ ਗਾ ਵੀ ਪੰਜ ਪੰਜ ਜ਼ਿਲ੍ਹਿਆਂ ਦੇ ਜ਼ੋਨ ਬਣਾ ਕੇ ਅਸੀਂ ਮੀਟਰ ਲਾਵਾਂਗੇ। ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇਹ ਜਿਹੜਾ ਫੈਸਲਾ, ਜਿਹੜਾ ਕਿਸਾਨ ਮਾਰੂ ਫੈਸਲਾ ਲਿਆ ਗਿਆ ਇਹਨਾਂ ਨੇ ਮੀਟਰ ਲਾ ਕੇ ਮੋਟਰਾਂ 'ਤੇ ਲਾਉਣ ਦੀ ਗੱਲ ਕਰੀ ਆ, ਉਹਦੇ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਅਤੇ ਅਸੀਂ ਸਰਕਾਰ ਨੂੰ ਅਲਟੀਮੇਟਮ ਦਿੰਦੇ ਹਾਂ ਵੀ ਜੇ ਕੋਈ ਵੀ ਅਧਿਕਾਰੀ ਮੋਟਰਾਂ ਦੇ ਉੱਤੇ ਸਾਡੇ ਖੇਤਾਂ ਦੇ ਵਿੱਚ ਜਿਹੜੇ ਇਹ ਮੀਟਰ ਲਾਉਣ ਆਇਆ ਤਾਂ ਅਸੀਂ ਉਹਦਾ ਘਰਾਓ ਕਰਾਂਗੇ ਅਤੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਊਗੀ। ਅਸੀਂ ਕੈਪਟਨ ਦੀ ਜਿਹੜੀ ਹਕੂਮਤ ਹੈ, ਜੋ ਕੈਬਨਿਟ ਦੀ ਕੱਲ੍ਹ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਕਰ ਲਿਆ ਵੀ ਖੇਤੀ ਮੋਟਰਾਂ ਦੇ ਜਿਹੜੇ ਮੀਟਰ ਹੈ ਉਹ ਲਾਉਣੇ ਹੈ। ਉਹ 'ਚ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਹਾ ਇਹ ਗਿਆ ਕਿ ਮੀਟਰ ਇਸ ਲਈ ਲਾ ਰਹੇ ਹਾਂ ਕਿ ਜਿੰਨੀ ਸਰਕਾਰ ਬਿਜਲੀ ਦਿਓਗੀ 8 ਘੰਟੇ, ਉਹਦੇ ਵਿੱਚ ਉਹ ਜੇਕਰ ਖੇਤੀ ਮੋਟਰ ਨਹੀਂ ਚੱਲਦੀ, ਬਿਜਲੀ ਬੰਦ ਰਹਿੰਦੀ ਹੈ, ਤਾਂ ਉਹ ਜਿੰਨੀ ਬੱਚਤ ਹੋਊਗੀ ਉਹ ਕਿਸਾਨਾਂ ਦੇ ਖਾਤੇ ਪਾ ਦਿਆਂਗੇ। ਇਹ ਇਸ ਤਰ੍ਹਾਂ ਦਾ ਜਿਹੜਾ ਮੂਰਖ ਬਣਾ ਕੇ ਫੈਸਲਾ ਲਿਆ, ਅਸਲ ਦੇ ਵਿੱਚ ਇਹ ਜਿਹੜਾ ਖੇਤੀ ਤੋਂ ਸਬਸਿਡੀਆਂ ਜਿਹੜੀਆਂ ਬੰਦ ਕਰਨੀਆਂ, ਉਸੇ ਨੀਤੀ ਤਹਿਤ ਮਤਲਬ ਜਿਹੜੇ ਮੀਟਰ ਲਾਉਣ ਤੋਂ ਬਾਅਦ ਇਹਨਾਂ ਦੇ ਬਿੱਲ ਜਾਰੀ ਕਰਨੇ ਆ। ਬਿੱਲ ਬਹੁਤ ਜ਼ਿਆਦਾ ਆਉਣੇ ਆ, ਕਿਉਂਕਿ ਇਹੀ ਮਨਪ੍ਰੀਤ ਬਾਦਲ ਜਦੋਂ ਬਾਦਲ ਸਰਕਾਰ ਦੇ ਵਿੱਚ ਸੀ ਉਦੋਂ ਵੀ ਇਹ ਖੇਤੀ ਮੋਟਰਾਂ ਦੇ ਬਿੱਲ ਲਾਉਣ ਦੀ ਇਹਨੇ ਗੱਲ ਕੀਤੀ ਸੀ। ਮਾਮਲਾ ਜੀ ਇਹ ਜਿਹੜਾ ਕੱਲ੍ਹ ਕੈਪਟਨ ਸਰਕਾਰ ਨੇ ਫੈਸਲਾ ਲਿਆ, ਜਿਹੜੇ ਮੋਟਰਾਂ 'ਤੇ ਮੀਟਰ ਲਾ ਰਹੇ ਨੇ, ਇਹ ਜਿਹੜੇ ਭੋਲੇ ਭਾਲੇ ਕਿਸਾਨਾਂ ਨੂੰ ਮਤਲਬ ਚੱਕਰਾਂ 'ਚ ਪਾ ਰਹੇ ਨੇ, ਇਹ ਕਹਿ ਰਹੇ ਨੇ ਵੀ ਜੋ ਇਹ ਮੀਟਰ ਲੱਗ ਰਹੇ ਨੇ ਇਹਨਾਂ ਦਾ ਮਤਲਬ ਜੋ ਵੀ ਖਪਤਕਾਰ ਹੋਣੀ ਉਹਦਾ ਕਿਸਾਨਾਂ ਨੂੰ ਮਤਲਬ ਪਤਾ ਲੱਗ ਸਕੇ। ਪਰ ਸਾਨੂੰ ਇਹ ਪਤਾ ਹੈ ਵੀ ਜਦੋਂ ਮੋਟਰਾਂ ਦੇ ਉੱਤੇ ਮੀਟਰ ਲੱਗ ਗਏ, ਇਹ ਇਹਨਾਂ ਦੇ ਬਿੱਲ ਲਾਗੂ ਕਰਨੇ ਨੇ, ਕਿਉਂਕਿ ਪਹਿਲਾਂ ਲੰਮੇ ਸਮੇਂ ਤੋਂ ਸਰਕਾਰ ਇਹਨਾਂ ਦੇ ਬਿੱਲ ਹੈ ਜਿਹੜੇ ਉਹ ਮਾਫੀ 'ਚ ਆ ਰਹੇ ਨੇ। ਕਿਹੜਾ ਕੈਪਟਨ ਸਰਕਾਰ ਨੇ ਪਹਿਲਾਂ ਵੀ ਬਿੱਲ ਲਾਗੂ ਕੀਤੇ ਸੀ, ਉਦੋਂ ਅਸੀਂ ਸੰਘਰਸ਼ ਲੜ ਕੇ ਬਿੱਲਾਂ ਨੂੰ ਰੋਕਿਆ ਸੀ। ਜ਼ਿਲ੍ਹਾ ਬਟਾਲਾ ਦੀ ਪੁਲਿਸ ਨੇ ਪਾਕਿਸਤਾਨ 'ਚ ਬੈਠੇ ISI ਦੇ ਲੋਕਾਂ ਨੂੰ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਤੈਨਾਤ VSF ਅਤੇ ਭਾਰਤ ਦੇ ਸਰਹੱਦੀ ਇਲਾਕਿਆਂ ਦੀ ਖੁਫੀਆ ਜਾਣਕਾਰੀ ਦੇਣ ਦੇ ਦੋਸ਼ਾਂ 'ਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਨੌਜਵਾਨ ਦਾ ਦੂਸਰਾ ਸਾਥੀ ਫਰਾਰ ਦੱਸਿਆ ਜਾ ਰਿਹਾ। 24/1/2018 ਨੂੰ ਮਿਲਟਰੀ ਇੰਟੈਲੀਜੈਂਸ ਯੂਨਿਟ ਜੰਮੂ ਵੱਲੋਂ ਸਾਨੂੰ ਇੱਕ ਇਨਪੁੱਟ ਆਈ ਸੀ। ਉੱਥੇ ਵਰਕਆਊਟ ਕਰਦਾ ਸਾਡੇ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਸੀ ਜੀ ਬਟਾਲਾ ਨੇ, ਇੱਕ ਗਿਆਨਵੀਰ ਸਿੰਘ ਏਲੀਅਸ ਗਿਆਨ ਸਨ ਆਫ ਜਸਵੀਰ ਸਿੰਘ ਰੈਜੀਡੈਂਟ ਆਫ ਸ਼ਿਕਾਰ ਮਾਛੀਆਂ, ਅਤੇ ਇੱਕ ਹੈਗਾ ਸ਼ਮਸ਼ੇਰ ਸਿੰਘ ਸ਼ੇਰਾ ਸਨ ਆਫ ਮਲੂਕ ਸਿੰਘ ਵਾਸੀ ਜੋਗੀ ਚੀਮਾ ਥਾਣਾ ਕਾਨੂੰਵਾਨ ਬਟਾਲਾ। ਇਹਨਾਂ ਦੇ ਖਿਲਾਫ਼ FIR ਨੰਬਰ 10 ਅੰਡਰ ਸੈਕਸ਼ਨ 3456 ਓਫੀਸ਼ਲ ਸੀਕਰੇਟ ਐਕਟ ਦਰਜ ਕਰਕੇ ਥਾਣਾ ਡੇਰਾ ਬਾਬਾ ਨਾਨਕ ਦਰਜ ਕਰਕੇ ਇਹਦੀ ਤਲਾਸ਼ ਕੀਤੀ। ਇਸ ਬੰਦੇ ਨੂੰ ਕੱਲ੍ਹ ਜਿਹੜਾ ਗਿਆਨਵੀਰ ਸਿੰਘ ਏਲੀਅਸ ਗਿਆਨਾ ਹੈ ਇਹਦੀ ਅਰੈਸਟ ਕਰਕੇ ਇਹਦੇ ਕੋਲ ਪੁੱਛਗਿੱਛ ਕੀਤੀ ਆ। ਜਿਹੜੀ ਹੁਣ ਤੱਕ ਦੀ ਪੁੱਛਗਿੱਛ ਆਈ ਆ ਉਹਦੇ 'ਚ ਇਹਦੇ ਜਿਹੜੇ ਪਾਕਿਸਤਾਨ ਦੇ ਅੰਦਰ ISI ਦੇ ਨਾਲ ਲਿੰਕ ਸਾਬਤ ਹੋਏ ਆ, ਉਹਨਾਂ ਨੂੰ ਇਹ ਸਾਡੀਆਂ ਜਿਹੜੀਆਂ ਆਰਮੀ ਸਟੈਬਲਿਸ਼ਮੈਂਟਸ ਆ ਜਾਂ BSF ਦੀ ਮੂਵਮੈਂਟ ਆ ਉਹਦੇ ਬਾਰੇ ਆਪਣੀ ਜਾਣਕਾਰੀ ਪ੍ਰੋਵਾਈਡ ਕਰਨ ਦੀ ਇਹਨੇ ਗੱਲ ਐਕਸੈਪਟ ਕੀਤੀ ਆ, ਮੰਨੀ ਆ, ਕਨਫਰਸ ਕੀਤਾ। ਬੇਸਿਕਲੀ ਜਿਹੜੀ ਮੇਨ ਇਹਨੂੰ ਇਹ ਸੀਗਾ ਉਹ ਇਹਦੇ ਤੋਂ ਫੋਰਸ ਦੀ ਮੂਵਮੈਂਟ ਪਲੱਸ ਸੋਫਟ ਟਾਰਗੇਟ ਕੇ ਜੇ ਇਨਫਿਲਟ੍ਰੇਸ਼ਨ ਹੋਣੀ ਹੋਵੇ ਤਾਂ ਕਿਹੜੀ ਸਾਈਡ ਤੋਂ ਅਸੀਂ ਬੰਦੇ ਅੰਦਰ ਭੇਜ ਸਕਦੇ ਹਾਂ। ਜਿਹੜਾ ਇਹਦੀ ਅਰੈਸਟ ਪੈਣ ਦੇ ਨਾਲ ਜਿਹੜੀ ਇੱਕ ਥ੍ਰੈਟ ਪਰਸੈਪਸ਼ਨ ਚੱਲਦੀ ਪਈ ਆ, ਪਹਿਲਾਂ ਉਹ ਸਾਬਤ ਹੁੰਦੀ ਆ ਕਿ ਉਹਨਾਂ ਦੇ
ਜਿਹੜੀ ਮੂਵਮੈਂਟ ਆ 100% ਉਹਨਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਕਰਨੀ ਜੇ ਇਹ ਕਾਮਯਾਬ ਹੋ ਜਾਂਦਾ ਤਾਂ ਜਿਹਦੀ ਟਾਈਮ ਦੀ ਰਸਟ ਨਾ ਪੈਂਦੀ। ਪੰਜਾਬ 'ਚ ਪਟਿਆਲਾ ਅਤੇ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਨੂੰ ਵੀ ਆਪਣਾ ਨਵਾਂ ਮੇਅਰ ਅਤੇ ਉਸਦੀ ਟੀਮ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦੇ 6ਵੇਂ ਮੇਅਰ ਦੇ ਰੂਪ 'ਚ ਜਗਦੀਸ਼ ਰਾਜਾ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪਟਿਆਲਾ 'ਚ ਜ਼ਿਲ੍ਹਾ ਪੱਧਰ 'ਤੇ ਸਮਾਗਮਾਂ ਦਾ ਆਯੋਜਨ ਕਰਕੇ 8ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ, ਜਿਸ 'ਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਅੱਜ ਕਾ ਪ੍ਰੋਗਰਾਮ ਜੀ 25 ਜਨਵਰੀ ਹੈ, ਨੈਸ਼ਨਲ ਵੋਟਰ ਡੇ ਹੈ। ਹਰ ਵਾਰ ਕੀ ਤਰ੍ਹਾਂ ਹਮ ਲੋਕ ਸਾਲ 8ਵਾਂ ਜੋ ਬਣਾ ਰਹੇ ਕਮਿਸ਼ਨ ਕੀ ਫਾਊਂਡੇਸ਼ਨ ਡੇ, ਕੋਸ਼ਿਸ਼ ਇਹੀ ਰਹਤੀ ਹੈ ਜੀ 18 ਸਾਲ ਕੇ ਬੱਚੋਂ ਕੀ ਵੋਟ ਬਣਾਏ, ਉਨਕੋ ਕਿਸੇ ਤਰ੍ਹਾਂ ਡੈਮੋਕ੍ਰੇਟਿਕ ਪ੍ਰੋਸੈਸ ਸੇ ਜੋੜੇ, ਔਰ ਕੋਸ਼ਿਸ਼ ਇਹੀ ਹੈ ਕਿ ਕਿਸੀ ਤਰ੍ਹਾਂ ਜੋ ਹੈ ਇੱਕ ਮਚਿਓਰ ਡੈਮੋਕ੍ਰੇਸੀ ਕੀ ਸਥਾਪਨਾ ਕੀ ਜਾਏ। ਅੱਜ ਨੈਸ਼ਨਲ ਵੋਟਰ ਡੇ ਦੇ ਉੱਤੇ ਮੈਂ ਸਮੂਹ ਯੰਗ ਵੋਟਰਸ ਨੂੰ ਵਧਾਈ ਦੇਣਾ ਚਾਹੁੰਦਾ, ਅਤੇ ਅੱਜ ਦਾ ਇੱਥੇ ਜਿਹੜਾ ਗੌਰਮੈਂਟ ਪੋਲੀਟੈਕਨਿਕ ਕਾਲਜ ਪਟਿਆਲਾ ਜ਼ਿਲ੍ਹਾ ਪਟਿਆਲਾ ਦਾ ਨੈਸ਼ਨਲ ਵੋਟਰ ਡੇ ਹੈ, ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਮਾਨਯੋਗ ਅਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਮਨਾਇਆ ਗਿਆ, ਅਤੇ ਇਹਦੇ ਵਿੱਚ ਜਿਹੜਾ ਹੈਗਾ ਮਿਲੇਨੀਅਮ ਵੋਟਰਸ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਕਿ 18 ਸਾਲ ਦੀ ਇਸ ਸਾਲ ਪੂਰੀ ਕੀਤੀ ਹੈ, ਜਿਨ੍ਹਾਂ ਦਾ ਜਨਮ 1/1/2000 ਨੂੰ ਹੋਇਆ ਸੀ। ਨਾਲ ਹੀ ਯੰਗ ਵੋਟਰਸ ਨੂੰ ਇੱਥੇ ਸਨਮਾਨਿਤ ਕੀਤਾ ਗਿਆ, ਪੇਂਟਿੰਗ ਦੇ, ਸਲੋਗਨ ਰਾਈਟਿੰਗ ਦੇ, ਪੋਸਟਰ ਦੇ ਅਤੇ ਡੈਕਲੇਮੇਸ਼ਨ ਦੇ ਮੁਕਾਬਲੇ ਕਰਵਾਏ ਗਏ, ਉਹਨਾਂ ਦੇ ਵਿਨਰਸ ਨੂੰ ਵੀ ਇੱਥੇ ਸਨਮਾਨਿਤ ਕੀਤਾ ਗਿਆ। ਬਸ ਇਹ ਕਿ ਇੱਕੁਅਲ ਵੋਟਸ ਹੋਣ, ਕਿ ਕੋਈ ਵੀ ਭੇਦਭਾਵ ਨਾ ਹੋ, ਜੋ ਜਾਲੀ ਇਸ ਵਾਰ ਵੀ ਜਾਲੀ ਵੋਟਸ ਪੜੀਆਂ ਉਹ ਨਾ ਹੋ, ਸਭ ਕਾ ਰਾਈਟਸ ਮਿਲੇ, ਔਰ ਜੋ ਵੀ ਜਿਸ ਕੋ ਵੋਟ ਡਾਲਣਾ ਚਾਹਤਾ ਉਸੀ ਕੋ ਡਾਲੇ। ਕਿਉਂਕਿ ਮੈਨੂੰ ਸੁਣਨਾ ਵੀ ਬਹੁਤ ਹੈ, ਅਸੀਂ ਮੇਰੀ ਫਰੈਂਡ ਨੇ ਬਤਾਇਆ ਕਿ ਉਸਕਾ ਬ੍ਰਦਰ ਇਸੀ ਕਾਲਜ ਮੈਂ ਆਇਆ ਥਾ ਵੋਟ ਡਾਲਣੇ ਕੇ ਲੀਏ, ਬਟ ਉਸਕੋ ਵਾਪਸ ਭੇਜ ਦਿਆ, ਯੇ ਬੋਲਾ ਕਿ ਤੇਰੀ ਵੋਟ ਪੜ ਚੁੱਕੀ ਹੈ। ਗੁਰਦਾਸਪੁਰ 'ਚ ਦਾ ਕਲਾਸ 4 ਗਵਰਨਮੈਂਟ ਇੰਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਅਲੱਗ ਹੀ ਤਰੀਕੇ ਨਾਲ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜ਼ਾਹਿਰ ਕੀਤਾ ਗਿਆ। ਪ੍ਰਦਰਸ਼ਨ 'ਚ ਸ਼ਾਮਿਲ ਕਰਮਚਾਰੀਆਂ ਨੇ ਕੱਛੇ ਬਣਾਉਣ 'ਚ ਹੀ ਡੀਸੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਵੀ ਸੌਂਪਿਆ। ਜੋ ਕਿ ਪੰਜਾਬ ਦੁਨੀਆ ਦੇ ਸੱਦੇ 'ਤੇ ਅਸੀਂ ਬਣਾਉਣਾ ਅਤੇ ਕੱਛੇ ਪਾ ਕੇ ਅਸੀਂ ਠੰਡ ਦੇ ਵਿੱਚ ਅਸੀਂ ਅੱਜ ਮੰਗ ਪੱਤਰ ਦੇ ਰਹੇ ਹਾਂ। ਭਾਰੀ ਮੁਲਾਜ਼ਮਾਂ 'ਤੇ ਰੋਸ ਪਾਇਆ ਜਾ ਰਿਹਾ ਹੈ ਕਿ ਸਾਡੇ ਜੋ ਕਿ ਪੇ ਕਮਿਸ਼ਨ ਦੀ ਰਿਪੋਰਟ ਆ ਇਹ ਸਰਕਾਰ ਨੇ ਹਾਲੇ ਤੱਕ ਲਾਗੂ ਨਹੀਂ ਕੀਤੀ। ਕੱਚੇ ਕਾਮੇ ਇਹਨਾਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਕੱਚੇ ਕਾਮੇ ਅਸੀਂ ਪੱਕੇ ਕਰਾਂਗੇ, ਇਹਨਾਂ ਕੋਈ ਕੱਚੇ ਕਾਮੇ ਹਾਲੇ ਤੱਕ ਕੋਈ ਪੱਕੇ ਨਹੀਂ ਕੀਤੇ। ਪੱਕੇ ਦੀ ਬਜਾਏ ਇਹ ਅੱਜ ਘਰ ਨੂੰ ਸਾਂਝੇ ਕਰਨ ਡੇ ਆ, ਅੱਜ ਕੱਢਣ ਡੇ ਆ। ਕਲਾਸ 4 ਜਥੇਬੰਦੀ ਜ਼ਿਲ੍ਹਾ ਚੇਅਰਮੈਨ ਵੱਲੋਂ ਸਮੁੱਚੀ ਜਥੇਬੰਦੀ ਵੱਲੋਂ ਅੱਜ ਕਹਿਰ ਦੀ ਠੰਡ ਦੇ ਵਿੱਚ ਜਿਹੜਾ ਕਿ ਪੀਪੇ ਖੜਕਾ ਕੇ ਕੱਛੇ ਬਣਾਉਣਾ ਦੇ ਵਿੱਚ ਇੰਨੀ ਠੰਡ ਵਿੱਚ ਜਿਹੜੀ ਆ ਕਿ ਉਹ ਰੋਸ ਰੈਲੀ ਕੀਤੀ ਜਾ ਰਹੀ ਆ, ਜੋ ਕਿ ਪੰਜਾਬ ਸਰਕਾਰ ਜਿਹੜੇ ਕੈਪਟਨ ਆ ਇਹਨਾਂ ਵਾਅਦਾ ਕੀਤਾ ਸੀ ਇਲੈਕਸ਼ਨ 'ਚ ਕਿ ਤੁਰੰਤ ਸਰਕਾਰ ਬਣ ਤੇ 1 ਮਹੀਨੇ ਦੇ ਅੰਦਰ ਅੰਦਰ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ, ਇਹ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਊਗੀ। ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਧਰਨੇ ਤੇ ਬੈਠੇ ਥਰਮਲ ਕਰਮਚਾਰੀਆਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਥਰਮਲ ਕਰਮਚਾਰੀ ਬਠਿੰਡਾ ਮਾਨਸਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ, ਜਿਸ ਦੇ ਚਲਦੇ ਆਵਾਜਾਈ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਚਲਦੇ ਹੀ ਬਠਿੰਡਾ ਪੁਲਿਸ ਵੱਲੋਂ ਹਾਈਵੇ ਐਕਟ ਤਹਿਤ ਥਰਮਲ ਕਰਮਚਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ। ਸੋ ਇਹਦੇ ਬਾਰੇ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਅਸੀਂ 1 ਤਰੀਕ ਤੋਂ ਲੈ ਕੇ ਆਪਦੇ ਬੱਚਿਆਂ ਦੇ ਸਮੇਤ ਪਰਿਵਾਰਾਂ ਦੇ ਸਮੇਤ ਇੱਥੇ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਜੀ, ਧਰਨੇ 'ਤੇ ਬੈਠੇ ਹਾਂ। ਜਦੋਂ ਸਾਡੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਕਿਸੇ ਸਰਕਾਰ ਦੇ ਅਧਿਕਾਰੀ ਨੇ ਗੱਲਬਾਤ ਨਹੀਂ ਸੁਣੀ, ਇੱਥੇ ਮਸਲੇ ਦਾ ਹੱਲ ਨਹੀਂ ਦਿੱਤਾ, ਉਲਟਾ ਮਸਲੇ ਦਾ ਹੱਲ ਕਰਨ ਦੀ ਬਜਾਏ ਪਰਚੇ ਪਾ ਕੇ ਸਾਨੂੰ ਡਰਾ ਧਮਕਾ ਰਹੇ ਆ ਵੀ ਤੁਹਾਡੇ 'ਤੇ ਪਰਚੇ। ਇਹਦਾ ਮਤਲਬ ਤਾਂ ਇਹ ਆ ਵੀ ਫਿਰ ਹੁਣ ਜੇ ਕਿਸੇ ਦੀ ਕੋਈ ਰੁਜ਼ਗਾਰ ਖੋਇਆ ਜਾ ਰਿਹਾ ਜਾਂ ਉਹਦੇ ਕੋਈ ਮਾਰ ਪੈ ਰਹੀ ਆ ਤਾਂ ਵੀ ਉਹ ਬਾਜ ਵੀ ਨਾ ਉਠਾਵੇ, ਆਪਦੀ ਚੁੱਪ ਕਰਕੇ ਬੈਠਾ ਰਹੇ। ਸੋ ਪ੍ਰਸ਼ਾਸਨ ਦੀ ਹਾਲਾਤ ਅੱਜ ਇਹ ਆ ਜੀ। ਥਰਮਲ ਪਲਾਂਟ ਦੇ ਜਿਹੜੇ ਕੰਟਰੈਕਟ ਵਰਕਰ ਸੀ ਬਠਿੰਡਾ ਮਾਨਸਾ ਰੋਡ 'ਤੇ ਨਜ਼ਦੀਕ ਜਿਹੜਾ ਸਰਕਟ ਆ ਉਸ ਦੇ ਨੇੜੇ ਇਹਨਾਂ ਨੇ ਹਾਈਵੇ ਜਾਮ ਕਰਤਾ ਸੀ। ਕਾਫੀ ਦੇਰ ਇਹਨਾਂ ਨੇ ਧਰਨਾ ਲਾਇਆ, ਇਹਨਾਂ ਨੂੰ ਅਸੀਂ ਵਾਰ ਵਾਰ ਵਾਰਨਿੰਗ ਦਿੰਦੇ ਰਹੇ ਕਿ ਤੁਸੀਂ ਜਾਮ ਨਾ ਲਾਓ। ਇਸ ਦੇ ਬਾਵਜੂਦ ਇਹਨਾਂ ਨੇ ਜਿਹੜੀ ਹਾਈਵੇ ਉੱਥੇ ਜਾਮ ਕਰਤੀ ਅਤੇ ਪਬਲਿਕ ਦੀ ਜਿਹੜੀ ਆਵਾਜਾਈ 'ਚ ਵਿਘਨ ਪਿਆ, ਕਾਫੀ ਪਰੇਸ਼ਾਨੀ ਹੋਈ ਪਬਲਿਕ ਨੂੰ। ਅਤੇ ਇਸ ਸੰਬੰਧ ਜਿਹੜਾ FIR ਨੰਬਰ 16 ਡੇਟਡ 23/1
18 ਅੰਡਰ ਸੈਕਸ਼ਨ 283 341 ਤੇ ਹਾਈਵੇ ਐਕਟ ਦੇ ਅਧੀਨ ਅਸੀਂ ਪਰਚਾ ਦਰਜ ਕਰਵਾਤਾ। ਜਲ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਖਪਤਕਾਰਾਂ ਦੇ ਘਰ ਲੱਗੀਆਂ ਟੂਟੀਆਂ ਤੇ ਪਾਣੀ ਵਾਲੇ ਮੀਟਰ ਲਾਏ ਜਾ ਰਹੇ ਹਨ, ਜਿਸ ਕਰਕੇ ਪਿੰਡ ਗੁਰੂਸਰ ਦੀ ਟੀਬਾ ਬਸਤੀ ਦੇ ਵਸਨੀਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਹਨਾਂ ਮੀਟਰਾਂ ਸਮੱਸਿਆ ਜੀ, ਦੋ ਬਾਲਟੀਆਂ ਪਾਣੀ ਦੀਆਂ ਭਰੀਆਂ, ਠੀਕ ਹੈ ਜੀ। ਹਾਂਜੀ, ਇਹ 8 ਯੂਨਿਟਾਂ ਖਾ ਗਿਆ, ਠੀਕ ਹੈ ਜੀ। ਇਹ ਜਾਲੀ ਮੀਟਰ ਹੈ ਜੀ, ਇਹ ਸਾਡੇ ਪਾਸ ਨਹੀਂ ਜੀ, ਹਵਾ ਨੇ ਚੱਲੀ ਜਾਂਦੇ ਆ। ਅਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ? ਮੰਗ ਤਾਂ ਜੀ ਇਹ ਬੰਦ ਹੋਣੀ ਚਾਹੀਦੀ ਹੈ। ਹਾਂਜੀ, ਜਿਹੜੇ ਟੂਟੀਆਂ 'ਤੇ ਮੀਟਰ ਲਾਏ ਜਾ ਰਹੇ ਹੈ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਮੈਂ ਹਰਨੀਤ ਸਿੰਘ, ਗੁਰੂਸਰ ਬਹੁਜਨ ਸਮਾਜ ਪਾਰਟੀ ਦਾ ਹਲਕਾ ਇੰਚਾਰਜ ਬੋਲਦਾ ਜੀ। ਜਿਹੜਾ ਟੂਟੀਆਂ 'ਤੇ ਕਿ ਇਹਨਾਂ ਨੇ ਮੀਟਰ ਲਾ ਕੇ ਗਰੀਬਾਂ ਦੇ ਗਲ 'ਚ ਅੰਗੂਠਾ ਦੇ ਰਹੇ ਹੈ, ਉਹ ਗਰੀਬ ਜਿਹੜਾ ਘੁੱਟ ਪਾਣੀ ਪੀ ਲੈਂਦੇ ਉਹ ਵੀ ਨਾ ਪੀ ਸਕਣ। ਦੂਜਾ, ਇਹਨਾਂ ਨੇ ਲਾ ਕੇ ਮੀਟਰ ਅਤੇ ਇਹਨਾਂ ਨੇ ਵਿੱਚ ਬਿਜਲੀ ਦੇ ਨਾਲ ਹੀ ਬਿੱਲ ਵੀ ਪਾਉਣੇ ਆ ਇਹਨਾਂ ਨੂੰ, ਜਿੰਨਾ ਪਾਣੀ ਭਰਾਂਗੇ ਲੀਟਰਾਂ ਦੇ ਹਿਸਾਬ ਨਾਲ ਮੁੱਲ ਵਿਕਿਆ ਕਰੂਗਾ ਸਾਨੂੰ। For all updated news, please subscribe Ava News and ring the bell.